श्री गुरु रामदास महाराज तन तन श्री गुरु ग्रंथ साहिब महाराज आनंद गुणी निदान गुरु गरीब Come on.
Yeah.
ਇਸ਼ਨਾਨ ਕਰਾਉਣ ਜਾਂਦੇ
ਤੇ ਉਹ ਸੇਵਾ ਜਿਹੜੀ ਮੈਨੂੰ ਮਿਲਦੀ ਰਹੀ। ਮੈਂ ਕਹਿੰਦਾ ਵੀ ਉਹ ਜਿਹੜੀਆਂ ਸੀਸਾਂ ਜਿਹੜੀਆਂ ਉਹ ਸੇਵਾ ਕੀਤੀ ਆ ਉਹ ਅੱਜ ਤੱਕ ਮੇਰਾ ਪਾਰ ਉਤਾਰਾ ਕਰਦੀ ਪਈ। ਸ਼ਾਇਦ ਉਹ ਬਖਸ਼ਿਸ਼ਾਂ ਹੈਗੀਆਂ ਨੇ ਰਾਗੀ ਜੀ ਦੀਆਂ, ਕਿਉਂਕਿ ਰਾਗੀ ਜੀ ਦਾ ਮੈਂ ਨਿਤਾ ਪ੍ਰਤੀ ਦਾ ਜੀਵਨ ਦੇਖਿਆ, ਕਿਉਂਕਿ 3 ਵਜੇ ਇਸ਼ਨਾਨ ਕਰਾ ਕੇ ਲਿਆਉਣਾ ਹੁੰਦਾ ਸੀ ਤੇ ਅੰਮ੍ਰਿਤ ਵੇਲੇ ਆ ਕੇ ਚੌਂਕੜਾ ਲਾਉਂਦੇ ਸੀ ਤੇ 5 ਬਾਣੀਆਂ ਦਾ ਨਿਤਨੇਮ ਤੇ ਕਰਦੇ ਸੀ, ਜਿਵੇਂ ਸ਼ਬਦ ਹਜ਼ਾਰੇ, ਆਸਾ ਕੀ ਵਾਰ, ਸੁਖਮਨੀ ਸਾਹਿਬ, ਦੱਖਣੀ ਓਂਕਾਰ, ਬਸੰਤ ਕੀ ਵਾਰ, ਸ਼ਬਦ ਹਜ਼ਾਰੇ, 12 ਮਹਾਰਾਜ, ਇਹ ਬਾਣੀਆਂ ਉਹਨਾਂ ਦੀ ਰੁਟੀਨ ਸੀ ਲਤਾ ਪ੍ਰਤੀ। ਤੇ ਫਿਰ ਕਮਾਲ ਦੀ ਗੱਲ, ਉਹਨਾਂ ਦੀਆਂ ਅੱਖਾਂ ਵੀ ਨਹੀਂ ਆ, ਇਹਦੇ ਬਾਵਜੂਦ ਵੀ ਇਹਨਾਂ ਨਿਤਨੇਮ ਸ਼ਾਮ ਦਾ ਸਵੇਰ ਦਾ ਮੈਂ ਕਿਹਾ ਪ੍ਰਤੱਖ ਦੇਖਿਆ ਉਹਨਾਂ ਦੇ ਕਮਰੇ। ਜਿੰਨੀ ਦੇਰ ਮੈਂ ਰਹਿੰਦਾ ਰਿਹਾ ਮੈਨੂੰ ਸੁਭਾਗ ਪ੍ਰਾਪਤ ਹੁੰਦਾ ਮੈਂ ਰਾਗੀ ਜੀ ਦੇ ਕਮਰੇ 'ਚ ਰਹਿੰਦਾ ਰਿਹਾ, ਮੇਰਾ ਉੱਥੇ ਬੈੱਡ ਹੁੰਦਾ ਰਿਹਾ ਰਾਗੀ। ਤੇ ਮੈਂ ਇਹ ਗੱਲ ਦਾ ਬਹੁਤਾ ਰੌਲਾ ਨਹੀਂ ਪਾਉਂਦਾ ਕਿਉਂਕਿ ਟਕਸਾਲ 'ਚ ਰਿਹਾ ਵਾਂ। ਮੈਂ ਸੋਚਦਾ ਸੀ ਵੀ ਜਦੋਂ ਟਕਸਾਲ ਦਾ ਨਾਂ ਲਵਾਂਗਾ ਕਿਤੇ ਵੀ ਵਿਦੇਸ਼ਾਂ ਦੇ ਵਿੱਚ ਤੇ ਉਹ ਸੋਚਣਗੇ ਵੀ ਇਹ ਟਕਸਾਲ ਦਾ ਨਾਂ ਲੈ ਕੇ ਤੇ ਫਾਇਦਾ ਉਠਾਉਣਾ ਚਾਹੁੰਦਾ, ਮੇਰੀ ਇਹ ਭਾਵਨਾ ਸੀ। ਟਕਸਾਲ ਤੋਂ ਸਿੱਖਿਆ ਹੈਗਾ, ਅਸਲੀਅਤ ਹੈਗਾ ਵੀ ਜਿਹੜਾ ਮੈਂ ਉੱਥੇ 4-5 ਸਾਲ ਲਗਾਤਾਰ ਉੱਥੇ ਅਟੈਚਮੈਂਟ ਮੇਰੀ ਰਹੀ ਹੈ ਟਕਸਾਲ ਦੇ ਨਾਲ, ਉਹ ਮੇਰੇ ਖੂਨ ਦੇ ਅੰਦਰ ਘਰ ਕੀਤੀ ਹੋਈ ਹੈ ਜਿਹੜੀ ਚੀਜ਼ ਹੈ ਨਾ। ਅੱਜ ਤੱਕ ਜਿਹੜਾ ਜੋ ਕੁਝ ਵੀ ਮੇਰੇ ਜੀਵਨ ਦੇ ਵਿੱਚ ਘਟਨਾਵਾਂ ਵਾਪਰਦੀਆਂ, ਜੋ ਕੁਝ ਵੀ ਮੈਂ ਬੋਲਦਾ, ਜੋ ਕੁਝ ਵੀ ਹੈਗਾ, ਸਾਰਾ ਕੁਝ ਉੱਥੋਂ ਪਿਓਰ ਜਿਹੜੀ ਹੈ ਉਹ ਲੱਗੀ ਹੋਈ ਹੈ। ਰੱਗ ਜੀ ਦੀਆਂ ਕਿੰਨੀਆਂ ਗੱਲਾਂ ਦੱਸੀਏ, ਕਿਉਂਕਿ ਰੱਗ ਜੀ ਦੇ ਨਾਲ ਵਿਚਰਦਿਆਂ ਹੋਇਆ ਉਹ ਤੇ ਸੰਤ ਸੁਭਾਅ ਹੈਗੇ ਸੀ ਉਹਨਾਂ ਦੇ ਨਾਲ ਵਿਚਰਦਿਆਂ। ਇੱਕ ਵਾਰ ਕਿਸੇ ਗੱਲ ਤੋਂ ਉਹਨਾਂ ਨੇ ਮੈਨੂੰ ਮੇਰੇ ਮੋਢੇ ਦੇ ਜ਼ੋਰ ਦੀ ਚਪੇੜ ਮਾਰਤੀ, ਥੱਪੜ ਮੋਢੇ ਤੇ ਮਾਰ ਤੇ ਮਾਰੇ ਜ਼ੋਰ ਦੀ। ਇਸ਼ਨਾਨ ਰਾਗੀ ਜੀ ਨੇ ਕਰ ਲਿਆ, ਇਸ਼ਨਾਨ ਕਰਕੇ ਆ ਗਏ ਉਹ ਜਦੋਂ ਨਿਤਨੇਮ ਦੇ ਚੌਂਕੜੀ ਮਾਰ ਕੇ ਬੈਠੇ ਤੇ ਉਹਨਾਂ ਦਾ ਮਨ ਨਾ ਲੱਗਿਆ, ਕਿਉਂਕਿ ਉਹਨਾਂ ਨੇ ਦੇਖਿਆ ਮੈਂ ਅੰਮ੍ਰਿਤ ਵੇਲੇ ਇਹਨੂੰ ਦੁਖੀ ਕਰ ਦਿੱਤਾ ਚਪੇੜ ਮਾਰੀ। ਤੇ ਮੈਨੂੰ ਆਵਾਜ਼ ਮਾਰੀ ਕਹਿੰਦੇ ਹਰਚਰਨ ਸਿੰਘ ਇੱਧਰ ਆ ਯਾਰ ਗੱਲ ਸੁਣ। ਮੈਂ ਰਾਗੀ ਜੀ ਕੋਲ ਚਲ ਗਿਆ, ਕਹਿੰਦੇ ਯਾਰ ਮੇਰਾ ਨਿਤਨੇਮ 'ਚ ਦੇਰ ਨਹੀਂ ਲੱਗਣ ਦੇ, ਮੈਂ ਤੈਨੂੰ ਚਪੇੜ ਮਾਰੀ, ਮੈਨੂੰ ਮਾਫ਼ ਕਰ। ਉਹ ਬੜੀ ਪਵਿੱਤਰ ਰੂਹ ਸੀ ਸੱਚੀ ਗੱਲ। ਮੈਂ ਰਾਗੀ ਜੀ ਹੁਣ ਅੱਗੋਂ ਜਦੋਂ ਨਵਾਂ ਨਵਾਂ ਕਿਹਾ ਤਾਂ ਮੈਂ ਕਹਿੰਦਾ ਹੁੰਦਾ ਸੀ ਮੈਨੂੰ ਸਿੱਧੀਆਂ ਸਿੱਧੀਆਂ ਰੀਤਾਂ ਕਰਾਓ, ਜਦੋਂ ਥੋੜ੍ਹਾ ਕੁ ਸਮਾਂ ਜਦੋਂ ਦੂਸਰੀ ਜਾਂ ਤੀਸਰੀ ਵਾਰ ਗਿਆ ਤਾਂ ਮੈਂ ਰਾਗੀ ਜੀ ਨੂੰ ਕਿਹਾ ਮੈਨੂੰ ਬੰਦਿਸ਼ਾਂ ਕਰਾਓ ਰਾਗ ਵਿੱਚ। ਉਦੋਂ ਮੈਨੂੰ ਰਾਗ ਦੀ ਮਤਲਬ ਕਿ ਸਰੋਤ ਬਣ ਗਈ ਸੀ, ਮੈਂ ਸੁਣ ਲੱਗ ਪਿਆ। ਆਹ ਜਿਹੜਾ ਹਮਾਰੇ ਕਿਰਪਾ ਜੀਜਾ ਹੈ, ਮੈਂ ਰਾਗੀ ਜੀ ਦੀ ਬੰਦਿਸ਼ ਤੁਹਾਨੂੰ ਸੁਣਾਈ, ਫਿਰ ਰਾਗੀ ਜੀ ਨੇ ਮੈਨੂੰ ਉਹ ਕਲਾਸੀਕਲ ਬੰਦਿਸ਼ਾਂ ਵਿੱਚ ਕਰਾਉਣੀਆਂ ਚਾਲੂ ਕੀਤੀਆਂ। ਇਹ ਸੁਣਾਈ ਹੈ ਮੈਂ ਇੱਕ ਉਹ ਸੁਣਾਉਂਦਾ ਤੂੰ ਤੋਂ ਸੱਜਣ ਮੰਡੇ ਆ ਗਏ ਇਸ ਸਰਦਾਰ ਤੋਂ, ਇਹ ਵੀ ਸਿੱਖੀਆਂ ਜਿਹਨਾਂ ਦੇ ਵਿਦਿਆਰਥੀਆਂ ਨੇ ਮੈਂ ਸਾਂਝੀ ਕਰਦਾ। Oh,
ਕਹਿੰਦੇ ਤੈਨੂੰ ਮੈਂ ਕਲਾਸੀਕਲ ਬੰਦਿਸ਼ਾਂ ਕਰਾਉਂਦਾ, ਤੂੰ ਕਰਦਾ ਨਹੀਂ। ਜਦੋਂ ਕੋਈ ਵਕਤ ਆਏਗਾ ਤੂੰ ਯਾਦ ਕਰੇਗਾ ਵੀ ਇਹ ਕਰਨੀਆਂ ਚਾਹੀਦੀਆਂ, ਉਹ ਗੱਲ ਯਾਦ ਆਉਂਦੀ। Satguru ki seva,
मन चिंदिया
ਮੁਖ ਵਸੈ ਸੇਵਾ ਆਪਣਾ ਸੇਵਾ ਆਪਣਾ ਸੇਵਾ ਆਪਣਾ
ਕੋਵਟ ਪਾਕੀ ਪਾਏ ਸੰਤ ਕਾ ਮਾਰਗ ਧਰਮ ਕੀ ਪੌੜੀ ਸੰਤ ਕਾ ਮਾਰਗ ਧਰਮ ਕੀ ਪੌੜੀ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਟ ਪਾਰ ਕੀ ਪਾਏ ਕੋਵਟ ਪਾਰ ਕੀ ਪਾਏ ਸੰਤ ਕਾ ਮਾਰਗ ਧਰਮ ਕੀ ਪੌੜੀ ਰਾਮ ਨਾਮ ਨਿਸਤਰੀਐ
Thank you.
ਅੱਜ ਦੀ ਹਾਜ਼ਰੀ ਜਿਹੜੀ ਆ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਦਿਲੋਂ ਆਪਣੇ ਉਸਤਾਦ ਜੀ ਪਹਿਲੇ ਉਸਤਾਦ ਜੀ ਰਾਗੀ ਪੂਰਨ ਸਿੰਘ ਹੋਣਾ ਨੂੰ ਸਮਰਪਿਤ ਕਰਦਾ। ਮੇਰੀ ਦਿਲੋਂ ਅਰਦਾਸ ਮਹਾਰਾਜ ਜੀ ਕਿਰਪਾ ਕਰੋ ਸਦੀਵੀ ਕਾਲ ਵਾਸਤੇ ਰਾਗੀ ਪੂਰਨ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਸਾਰੇ ਭਾਗੀ ਗੁਰਮੁਖ ਪਿਆਰੇ ਉਹ ਭਾਈ ਜਿਹਨਾਂ ਨੇ ਉਹਨਾਂ ਤੋਂ ਵਿਦਿਆ ਪ੍ਰਾਪਤ ਕੀਤੀ ਹੈ, ਮੈਂ ਵੀ ਆਪਣੇ ਨੂੰ ਵੱਡੇ ਭਾਗਾਂ ਵਾਲਾ ਸਮਝਦਾ। ਮੈਨੂੰ ਸਮਾਜ ਪ੍ਰਾਪਤ ਹੋਇਆ ਜੀਵਨ ਦੇ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਮੈਂ ਸਟਾਰਟਿੰਗ ਕੀਰਤਨ ਦੀ ਜਿਹੜੀ ਉਹ ਰਾਗੀ ਪੂਰਨ ਸਿੰਘ ਦੀ ਰੰਗੀ ਰੂਪ ਕੀਤੀ। ਮੇਰੇ ਦਿਲੋਂ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ, ਮਹਾਰਾਜ ਜੀ ਕਿਰਪਾ ਕਰਨ, ਉਹਨਾਂ ਨੂੰ ਚਰਨਾਂ 'ਚ ਵਾਸ ਬਖਸ਼ਣ, ਦਾਸਾਂ ਦੀਆਂ ਗਲਤੀਆਂ ਖਿਮਾ ਕਰਨੀਆਂ ਜੀ। ਬਹੁਤ ਬਹੁਤ ਧੰਨਵਾਦ ਸਿੰਘਾਂ ਦਾ ਜਿਹਨਾਂ ਨੇ ਉਚੇਚੇ ਤੌਰ 'ਤੇ ਬੁਲਾ ਕੇ ਅੱਜ ਦੀ ਸੇਵਾ ਦਾਸ ਦੀ ਗਲਤੀ ਦੀ ਝੋਲੀ ਵਿੱਚ ਬੁਲਾਈ ਹੈ। ਤੁਹਾਡਾ ਬਹੁਤ 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 ਧੰਨਵਾਦ ਜੀ। ਗਲਤੀਆਂ ਖਿਮਾ ਕਰਦੇ ਸੀ ਸੰਬਖਸ਼ ਤੇ ਅੱਜ ਦੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਤਿਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਸਤਿਕਾਰਯੋਗ ਰਾਗੀ ਭਾਈ ਹਰਚਰਨ ਸਿੰਘ ਜੀ ਖਾਲਸਾ ਜੀ, ਜਿਹਨਾਂ ਦਾ ਉੱਥੇ ਵੀ ਸਕੈਡਲ ਸਾਨੂੰ ਜੀ ਬਹੁਤ ਬਿਜੀ ਸੀਗਾ। ਸੋ ਉਹਨਾਂ ਨੇ ਆਪ ਮੈਨੂੰ ਬੇਨਤੀ ਕੀਤੀ ਸੀਗੀ ਕਿ ਸਾਡਾ ਜਾਣਾ ਬਹੁਤ ਜ਼ਰੂਰੀ ਹੈ। ਸੋ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਆਣ ਕੇ ਆਪਣੇ ਰਾਗੀ ਭਾਈ ਪੂਰਨ ਸਿੰਘ ਇਹਨਾਂ ਦੇ ਪ੍ਰੇਮ ਦੇ ਵਿੱਚ ਅੱਜ ਦੀ ਹਾਜ਼ਰੀ ਭਰੀ ਹੈ। ਗੁਰੂ ਸਾਹਿਬ ਜੀ ਮੀਰ ਕਰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹਨਾਂ ਕੋਲੋਂ ਕੀਰਤਨ ਦੀ ਹੋਰ ਸੇਵਾ ਇਸ ਤਰ੍ਹਾਂ ਲੈਂਦੇ ਰਹਿਣ ਜੀ। ਸੁਖਜੰਗੀ ਇਕਪਾਲ ਸਿੰਘ ਦਾ ਬਹੁਤ ਬਹੁਤ ਧੰਨਵਾਦ ਜੀ, ਜੋ ਭਾਈ ਸਾਹਿਬ ਲੈ ਕੇ ਆਇਆ। ਸਾਡੀ ਇੱਛਾ ਸੀ ਕਿ ਐਤਵਾਰ ਦੀਵਾਨ ਵਿੱਚ ਹੀ ਭਾਈ ਸਾਹਿਬ ਹਾਜ਼ਰੀ ਭਰਦੇ, ਪਰ ਉੱਥੇ ਸਹਿਣ ਹੋਜੇ ਵੀ ਉਹਨਾਂ ਦੀ ਖਾਸ ਡਿਊਟੀ ਵੱਡੇ ਦੀਵਾਨ ਵਿੱਚ ਹੁੰਦੀ ਹੈ, ਸਰਕਾਰ ਉੱਥੇ ਵੀ ਕਿਤੇ ਹੁੰਦੀਆਂ ਹਨ। ਫਿਰ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹਨੂੰ ਟਾਈਮ ਕੱਢਿਆ ਜੀ।